ਡਾਕਟਰ ਨਰਿੰਦਰ ਸਿੰਘ ਕਪੂਰ। ਜੇ ਡਰ ਕੇ ਜਾਂ ਝਿਜਕ ਕਾਰਨ ਅਸੀਂ ਹਰ ਥਾਂ ਹਾਂ ਹੀ ਕਰਦੇ ਰਹਾਂਗੇ ਤਾਂ ਹਰ ਕੋਈ ਸਾਨੂੰ ਦਬਾਉਂਦਾ ਹੀ ਚਲਾ ਜਾਏਗਾ। ਨਾਜਾਇਜ਼ ਫਰਮਾਇਸ਼ਾਂ ਮੰਨਣ ਅਤੇ ਹਰ ਕਿਸੇ ਨੂੰ ਹਾਂ ਕਹਿਣ ਦੀ ਆਦਤ ਸਾਨੂੰ ਜੀਵਨ ਵਿੱਚ ਨਿਪੁੰਨ ਜਾਂ ਹਰਮਨ ਪਿਆਰਾ ਨਹੀਂ ਸਗੋਂ ਡਰਪੋਕ ਅਤੇ ਕਮਜ਼ੋਰ ਬਣਾਉਂਦੀ ਹੈ। ਅਸੀਂ ਅਕਸਰ ਦੂਜਿਆਂ ਨੂੰ ਇਸ ਲਈ ਹਾਂ ਕਹਿੰਦੇ ਰਹਿੰਦੇ ਹਾਂ ਕਿ ਇਸ ਨਾਲ ਆਪਣੱਤ ਅਤੇ ਸ਼ਾਂਤੀ ਵਧੇਗੀ, ਸੰਬੰਧ ਸੁਖਾਵੇਂ ਹੋ ਜਾਣਗੇ, ਪਰ ਇਵੇਂ ਸੰਬੰਧ ਸੁਖਾਵੇਂ ਨਹੀਂ ਬਣਦੇ। ਕਿਸੇ ਨੂੰ ਨਾਰਾਜ਼ ਨਾ ਕਰਨ ਵਾਲੇ ਲੋਕਾਂ 'ਚ ਵਿਕਾਸ ਨਹੀਂ ਵਾਪਰਦਾ, ਉਹਨਾਂ ਦੀ ਸ਼ਖਸੀਅਤ ਦਾ ਕੋਈ ਸਪੱਸ਼ਟ ਮੁਹਾਂਦਰਾ ਨਹੀਂ ਉੱਭਰਦਾ। ਜੇ ਸਾਡੇ ਵਿੱਚ ਖੁੱਲ੍ਹ ਕੇ ਆਪਣੀ ਰਾਏ ਪ੍ਰਗਟਾਉਣ ਦੀ ਦਲੇਰੀ ਨਹੀਂ, ਠੀਕ ਨੂੰ ਹਾਂ ਅਤੇ ਗਲਤ ਨੂੰ ਨਾ ਕਹਿਣ ਦਾ ਸਲੀਕਾ ਨਹੀਂ ਜਾਂ ਸਵੈ ਮਾਣ ਦੀ ਭਾਵਨਾ ਨਹੀਂ ਤਾਂ ਸਾਡਾ ਨਾਂ ਅਤੇ ਅਹੁਦਾ ਕੋਈ ਵੀ ਹੋਵੇ ਸਾਡੀ ਵੱਖਰੀ ਪਛਾਣ ਨਹੀਂ ਬਣੇਗੀ। ਹਰੇਕ ਵਰਤਾਰੇ ਦੇ ਨੇਮ ਹੁੰਦੇ ਹਨ, ਦੱਬੂ ਬਣਨ ਦੇ ਵੀ ਨੇਮ ਹੁੰਦੇ ਹਨ, ਨਿਡਰ ਹੋਣ ਦੇ ਵੀ ਨੇਮ ਹੁੰਦੇ ਹਨ। ਨਿਡਰ ਵਿਅਕਤੀ ਦੀ ਆਪਣੇ ਆਪ ਬਾਰੇ ਰਾਏ ਸਵੱਛ ਹੁੰਦੀ ਹੈ, ਉਹਦੇ ਕਾਰਜਾਂ ਵਿੱਚੋਂ ਸੁਤੰਤਰਤਾ ਝਲਕਦੀ ਹੈ। ਦੱਬੂ ਵਿਅਕਤੀ ਨਾ ਕਹਿਣ ਤੋਂ ਡਰਦਾ, ਹਰ ਵੇਲੇ ਉਹ ਦੁਚਿੱਤੀਆਂ ਅਤੇ ਸੰਸਿਆਂ 'ਚ ਘਿਰਿਆ ਰਹਿੰਦਾ। ਪ੍ਰਭਾਵਸ਼ਾਲੀ ਵਿਅਕਤੀ ਕਾਰਜਾਂ ਦੇ ਵਾਪਰਨ ਦਾ ਵਸੀਲਾ ਬਣਦੇ ਹਨ, ਜਦਕਿ ਡਰਪੋਕ ਬੰਦੇ ਸਭ ਕੁਝ ਵਾਪਰਨ ਦੀ ਉਡੀਕ ਹੀ ਕਰਦੇ ਹਨ। ਤੱਕੜ, ਚਤਰ, ਚਲਾਕ ਬਣਨ ਦੀ ਲੋੜ ਨਹੀਂ, ਪਰ ਕੁੱਬੇ ਹੋ ਕੇ ਚੱਲਣ ਅਤੇ ਹਰ ਕਿਸੇ ਅੱਗੇ ਝੁਕਣ ਤੋਂ ਨਾ ਕਰਨ ਦੀ ਲੋੜ ਹੈ। ਮਨੁੱਖ ਦਾ ਸਮੁੱਚਾ ਜੀਵਨ ਹਾਂ ਨਾ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ। ਘਰ ਅਤੇ ਬਾਜ਼ਾਰ ਵਿੱਚ, ਦਫ਼ਤਰ ਅਤੇ ਸਿਆਸਤ ਵਿੱਚ, ਸਭ ਪਾਸੇ ਹਾਂ ਨਾ ਨਾ ਹਾਂ ਹੋ ਰਹੀ ਹੈ। ਲੋਕਾਂ ਦੀ ਵੱਡੀ ਗਿਣਤੀ ਇਸ ਕਰਕੇ ਕਿਧਰੇ ਨਹੀਂ ਅੱਪੜਦੀ ਕਿਉਂਕਿ ਉਹ ਸਮੇਂ ਸਿਰ ਹਾਂ ਜਾਂ ਨਾ ਕਹਿਣ ਦੀ ਦਲੇਰੀ ਨਹੀਂ ਕਰ ਸਕਦੇ। ਅਜਿਹੇ ਲੋਕ ਡਰ ਕੇ ਝੁੱਕ ਕੇ ਜਿਉਣ ਦੇ ਆਦੀ ਹੋ ਜਾਂਦੇ ਹੈ ਅਤੇ ਸਭਨੀ ਥਾਈਂ ਦੂਜੇ ਜਾਂ ਤੀਜੇ ਦਰਜੇ ਦੇ ਮਨੁੱਖ ਅਖਵਾਉਂਦੇ ਹੈ। ਉਹ ਸੋਚਦੇ ਹਨ ਕਿ ਜੇ ਨਾ ਕਹੀ ਤਾਂ ਦੂਜੇ ਰੁੱਸ ਜਾਣਗੇ। ਹਰ ਥਾਂ ਕੁਝ ਅਜਿਹੇ ਵੀ ਹੁੰਦੇ ਹਨ ਜਿਹੜੇ ਸਧਾਰਨ ਕੰਮਾਂ 'ਤੇ ਲੱਗੇ ਹੋਣ ਦੇ ਬਾਵਜੂਦ ਆਪਣੀ ਹਾਂ ਜਾਂ ਨਾ ਪ੍ਰਗਟਾਉਣ ਦੀ ਦਲੇਰੀ ਵਿਖਾਉਂਦੇ ਹਨ। ਡਰਪੋਕ ਬੰਦੇ ਆਪਣੇ ਦੋਸਤਾਂ ਨਾਲ ਵੀ ਖੁੱਲ੍ਹ ਕੇ ਗੱਲ ਇਸ ਲਈ ਨਹੀਂ ਕਰਦੇ ਕਿ ਕਿਧਰੇ ਦੋਸਤ ਨਾਰਾਜ਼ ਨਾ ਹੋ ਜਾਏ, ਕਿਉਂਕਿ ਇਹਨਾਂ ਨੂੰ ਭਰੋਸਾ ਨਹੀਂ ਹੁੰਦਾ ਅਤੇ ਜਾਣਦੇ ਨਹੀਂ ਹੁੰਦੇ ਕਿ ਜੇ ਦੋਸਤ ਹੈ ਤਾਂ ਨਾਰਾਜ਼ ਨਹੀਂ ਹੋਏਗਾ ਅਤੇ ਜੇ ਨਾਰਾਜ਼ ਹੁੰਦਾ ਤਾਂ ਵਾਸਤਵ 'ਚ ਉਹ ਦੋਸਤ ਹੀ ਨਹੀਂ ਹੁੰਦਾ। ਨਾ ਪਸੰਦ ਕੀਤੇ ਜਾਣ ਦਾ ਭੈ, ਰੱਦ ਕੀਤੇ ਜਾਣ ਦਾ ਡਰ, ਪਿੱਛੇ ਰਹਿ ਜਾਣ ਦੀ ਚਿੰਤਾ ਜਾਂ ਬੇਇੱਜ਼ਤੀ ਹੋਣ ਦਾ ਸਹਿਮ ਸਾਨੂੰ ਆਪਣੇ ਹੱਕ ਲੈਣ ਨਹੀਂ ਦਿੰਦਾ, ਜਿਸ ਕਾਰਨ ਸਾਡੇ ਬਾਰੇ ਸਾਰੇ ਫੈਸਲੇ ਦੂਜੇ ਹੀ ਕਰੀ ਜਾਂਦੇ ਹੈ। ਜਿਸ ਕਾਰਨ ਅਜਿਹੇ ਲੋਕਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਛੁਟਕਾਰਾ ਨਹੀਂ ਮਿਲਦਾ, ਉਹਨਾਂ ਦੇ ਸਮੁੱਚੇ ਜੀਵਨ ਦੀ ਕਾਰਗੁਜ਼ਾਰੀ ਨੀਵੀਂ ਰਹਿ ਜਾਂਦੀ ਹੈ। ਜੇ ਕੰਮ ਸਾਡੇ ਕਾਬੂ 'ਚ ਹੋਵੇ ਤਾਂ ਹੀ ਉਹ ਨਿਬੜਦਾ, ਨਹੀਂ ਤਾਂ ਨਿੱਕੇ ਨਿੱਕੇ ਕੰਮਾਂ ਦਾ ਬੋਝ ਹੀ ਸਾਨੂੰ ਉੱਠਣ ਨਹੀਂ ਦਿੰਦਾ। ਜਦੋਂ ਤੱਕ ਅਸੀਂ ਆਪਣਾ ਕੋਈ ਉਦੇਸ਼ ਨਹੀਂ ਮਿੱਥਦੇ, ਉਦੋਂ ਤੱਕ ਅਸੀਂ ਆਪਣੇ ਹੱਕਾਂ ਅਤੇ ਆਪਣੇ ਆਪ ਬਾਰੇ ਸੁਚੇਤ ਵੀ ਨਹੀਂ ਹੁੰਦੇ। ਜੇ ਉਦੇਸ਼ ਹੀ ਕੋਈ ਨਹੀਂ ਤਾਂ ਹੱਕ ਜਾਂ ਮਿਹਨਤ ਦਾ ਵੀ ਕੋਈ ਅਰਥ ਨਹੀਂ ਹੁੰਦਾ। ਉਦੇਸ਼ ਵਿੱਚੋਂ ਪ੍ਰੇਰਣਾ ਉਪਜਦੀ ਹੈ ਜਿਹੜੀ ਸਾਡੇ ਸਵੈ ਭਰੋਸੇ ਨੂੰ ਵਧਾਉਂਦੀ ਹੈ। ਸਪੱਸ਼ਟ ਉਦੇਸ਼ ਸਾਡੇ 'ਚ ਉਸਾਰੂ ਮਾਰਗ ਨੂੰ ਹਾਂ ਕਹਿਣ ਅਤੇ ਗਲਤ ਰਸਤੇ ਨੂੰ ਨਾ ਕਹਿਣ ਦੀ ਹਿੰਮਤ ਭਰਦਾ ਹੈ। ਨਾ ਕਹਿਣ ਵਾਲੀ ਥਾਂ ਹਾਂ ਕਹਿਣ ਨਾਲ ਅਸੀਂ ਅਣਚਾਹੇ ਵਰਤਾਰਿਆਂ ਅਤੇ ਸਮੇਂ ਅਤੇ ਮਨੋਬਲ ਨੂੰ ਨਸ਼ਟ ਕਰਨ ਵਾਲੀਆਂ ਵਗਾਰਾਂ ਦੇ ਸ਼ਿਕਾਰ ਹੋ ਜਾਂਦੇ ਹਾਂ। ਆਪਣੀ ਮੁੱਢਲੀ ਜਵਾਨੀ 'ਚ ਉਦੇਸ਼ ਦੀ ਅਣਹੋਂਦ ਕਾਰਨ ਮੈਂ ਬੜਾ ਡਰਪੋਕ ਸਾਂ ਅਤੇ ਕੰਮ ਵਾਲੀ ਥਾਂ 'ਤੇ ਮੈਂ ਉਹਨਾਂ ਕੰਮਾਂ ਦਾ ਵੀ ਬੋਝ ਚੁੱਕ ਲੈਂਦਾ ਸੀ
ਜਿਹੜੇ ਮੇਰੇ ਹੁੰਦੇ ਹੀ ਨਹੀਂ ਸੀ, ਕਿਉਂਕਿ ਮੈਨੂੰ ਡਰ ਲੱਗਿਆ ਰਹਿੰਦਾ ਸੀ ਵੀ ਕਿਧਰੇ ਮਾਲਕ ਨਾਰਾਜ਼ ਨਾ ਹੋ ਜਾਣ ਅਤੇ ਮੈਨੂੰ ਕੰਮ ਤੋਂ ਹਟਾ ਨਾ ਦੇਣ। ਇਵੇਂ ਹੀ ਜਿਸ ਨਾਲ ਮੈਨੂੰ ਪਿਆਰ ਹੋਇਆ ਉਹਨੂੰ ਮੈਂ ਆਪਣੀ ਥੋੜ੍ਹੀ ਜਿਹੀ ਤਨਖਾਹ ਵਿੱਚੋਂ ਇਸ ਲਈ ਮਹਿੰਗੀਆਂ ਚੀਜ਼ਾਂ ਲੈ ਕੇ ਦਿੰਦਾ ਸਾਂ ਕਿ ਕਿਧਰੇ ਉਹ ਮੈਨੂੰ ਛੱਡ ਨਾ ਜਾਏ, ਪਰ ਛੱਡੋ ਫਿਰ ਵੀ ਗਈ। ਮੈਂ ਡਰਪੋਕ ਸਾਂ ਜਿਸ ਕਾਰਨ ਉਹਦੀਆਂ ਗੱਲਾਂ ਦੇ ਜਵਾਬ ਅਕਸਰ ਮੈਨੂੰ ਉਹਦੇ ਜਾਣ ਮਗਰੋਂ ਹੀ ਸੁੱਝਦੇ ਸਨ। ਉਸ ਵੇਲੇ ਮੇਰੇ ਵਿੱਚ ਉਦਾਸ ਅਤੇ ਪਰੇਸ਼ਾਨ ਹੋਣ ਦੀ ਹੀ ਯੋਗਤਾ ਸੀ, ਅੜਨ ਅਤੇ ਲੜਨ ਦੀ ਦਲੇਰੀ ਨਹੀਂ ਸੀ। ਧੰਨਵਾਦ।